ਠੀਕ ਆ ਵਧੀਆ ਦਰਸ਼ਨ ਵਧੀਆ ਹੋ ਗਏ ਹੈ ਖੁਸ਼ ਹੋ ਗਿਆ ਮਾਮਾ ਲਓ ਜੀ ਮਾਮੇ ਨੂੰ ਬਿਠਾ ਤਾ ਬੈਲਟ ਬੁਲਟ ਕੱਸ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਉੱਠ ਗਏ ਸੀ ਚਾਹ ਪਾਣੀ ਪੀ ਲਿਆ ਨਹਾਉਣ ਲੱਗਦੇ ਆ ਹੁਣ ਮਾਮਾ ਕਹਿੰਦਾ ਮੈਨੂੰ ਲੈ ਕੇ ਜਾਓ ਇੱਕ ਤਾਂ ਆਲਮਗੀਰ ਸਾਹਿਬ ਲੈ ਕੇ ਜਾਓ ਕਮਲ ਨੂੰ ਕਹਿੰਦਾ ਵੀ ਕਮਲ ਲੈ ਜਾਂਦਾ ਨਾ ਉਹਨੂੰ ਕਹਿੰਦਾ ਇੱਕ ਆਲਮਗੀਰ ਸਾਹਿਬ ਲੈ ਕੇ ਜਾਓ ਇੱਕ ਮੇਰੀਆਂ ਭੈਣਾਂ ਕੋਲ ਲੈ ਕੇ ਜਾਓ ਮਾਲੀ ਤੇ ਤਰੀਕੇ ਮਿਲਾ ਕਹਿੰਦਾ ਰੱਤੋ ਵਾਲੀ ਮਾਸੀ ਨੂੰ ਮਿਲਾ ਕੇ ਲੈ ਕੇ ਆਓ ਮਾਸੀ ਦੇ ਪਿੰਡ ਇਹ ਕਹਿੰਦਾ ਮੇਰੇ ਪਿੰਡ ਲੈ ਕੇ ਜਾਓ ਟੋਸੇ ਰੱਤੋ ਵਾਲ ਕਹਾਂ ਜਾਂਦੇ ਹੈਗੇ ਭੈਣਾਂ ਕੋਲ ਲੈ ਜਾਂਗੇ ਗੁਰਦੁਆਰੇ ਮੱਥਾ ਟੇਕ ਆਵਾਂਗੇ ਜਾ ਕੇ ਆਲਮਗੀਰ ਸਾਹਿਬ ਤੇ ਤਿਆਰ ਹੁੰਦੇ ਆਗੇ ਗੁਰਮੇਰ ਨਹਾਉਣ ਲੱਗਦਾ ਉਹਨੂੰ ਵੀ ਨਾਲ ਲੈ ਕੇ ਜਾਵਾਂਗੇ ਕਿਉਂਕਿ ਫਿਰ ਵਲੌਗ ਬਣਾਉਣ ਚ ਔਖਾ ਹੋ ਜਾਂਦਾ ਕਈ ਵਾਰੀ ਬੰਦਾ ਨਾਲ ਚਾਹੀਦਾ ਹੁੰਦਾ ਇੱਕ ਕੈਮਰਾਮੈਨ ਦੇ ਤੌਰ ਤੇ ਕਹਿ ਲੋ ਚਾਹੇ ਪਾਈਆਂ ਸੁਈਆਂ ਚੱਲ ਰਹੀਆਂ ਨੇਗੀਆਂ ਦੂਜਿਆਂ ਨੇ ਆਪਣੇ ਕੋਮਲ ਤੇ ਯੁਵਰਾਜ ਨੇ ਜਾਣਾ ਟਿਊਸ਼ਨ ਤੇ ਉਹਦੇ ਕਰਕੇ ਫਿਰ ਉਹਨਾਂ ਦਾ ਟਾਈਮ ਮਿਸ ਹੋ ਜੂਗਾ ਟਿਊਸ਼ਨ ਦਾ ਤੇ ਅਸੀਂ ਵਾਪਸੀ ਦੀ ਵੀ ਤਿਆਰੀ ਕਰਨੀ ਹੈ ਜੀ ਮਾਮੇ ਨੂੰ ਕਹਿੰਦੀ ਨਵਾ ਦਿਓ ਫਿਰ ਐਂ ਆ ਵੀ ਉਹਨੂੰ ਰੁੜ ਕੇ ਜਾਂਦਾ ਫਿਰ ਉਹ ਤੇ ਕੱਪੜੇ ਕੁਪੜੇ ਫਿਰ ਉਹਨੇ ਲਵੇੜ ਲੈਣੇ ਉਹ ਜਦ ਹੁਣ ਮੌਕੇ 'ਤੇ ਤੁਰਨ ਲੱਗੂਗਾ ਉਹਦੀ ਕਹਿੰਦੇ ਨਵਾ ਦਾਂਗੇ ਉਹਨੂੰ ਗੱਡੀ 'ਚ ਬਹਿਜੂਗਾ ਨਾਲ ਦੀ ਨਾਲ ਹੀ ਫਰੰਟ ਸੀਟ 'ਤੇ ਬਿਠਾ ਲੈਣਾ ਉਹਨੂੰ ਅਤੇ ਖੁਸ਼ ਪੂਰਾ ਅੱਜ ਉਹ ਵੀ ਲੈ ਕੇ ਚੱਲਿਆ ਮੈਨੂੰ ਹਾਂਜੀ ਰੋਟੀ ਪਾਣੀ ਛਕ ਲਿਆ ਸੀ ਅਸੀਂ ਹੁਣ ਅਤੇ ਬਲਜਿੰਦਰ ਨੇ ਵੀ ਖਾ ਲਈ ਸੀ ਮਾਮੇ ਨੇ ਮਾਮੇ ਰੋਟੀ ਖਵਾਤੀ ਸੀ ਹੁਣ ਲੱਸੀ ਪਿਆਉਣ ਆਇਆ ਮਾਮੇ ਨੂੰ ਫਿਰ ਜਾਂਦੇ ਹਾਂ ਮਾਮਾ ਮਾਮਾ ਫਿਰ ਚੱਲੀਏ ਪਜਾਮਾ ਪਾ ਲਈ ਅੱਜ ਗੁਰਦੁਆਰੇ ਜਾਣਾ ਆਪਾਂ ਹਨਾ ਠੀਕ ਆ ਪਜਾਮਾ ਪਾ ਲਾ ਲੱਸੀ ਬਣਾਉਣੀ ਔਖੀ ਮਾਮੇ ਨੂੰ ਚਾਲ ਜੂ ਪਿੱਛੇ ਵਿਚਾਰੇ ਨੂੰ ਸਹਾਰਾ ਰੱਖ ਦੇਣਾ ਪੈਂਦਾ ਇਹਦੇ ਗਰਦਨ ਹਿੱਲ ਜਾਂਦੀ ਹੈ ਇਹਦੀ ਅੱਜ ਵਧੀਆ ਟਾਈਮ ਨਾਲ ਆ ਗਿਆ ਉਨਾ ਹੀ ਟਾਈਮ ਲੱਗਦਾ ਕਿੰਨਾ ਘੰਟਾ ਇੱਕ ਪੂਰਾ ਲੱਗਦਾ ਕੱਲ ਤਾਂ ਬਹੁਤ ਲੇਟ ਹੋ ਗਿਆ ਕੱਲ ਪੈਸੇ ਲੈ ਕੇ ਆਉਣੇ ਸੀ ਨਾ ਇਕੱਠੇ ਕਰਕੇ ਉਹ ਪੱਠੇ ਦੇ ਗਏ ਸੀ ਦੁਬਾਰੇ ਆ ਵੀ ਦੇ ਗਿਆ ਹੋਇਆ ਸੀ ਕੱਲ ਭਾਈ ਸਾਹਿਬ ਖੋਲੋ ਜੂੜਾ ਉਹ ਜੂੜਾ ਦਵਾ ਦਾ ਫੜੋ ਨੀ ਬੁਲਾਈ ਆ ਜਾ ਉਰੇ ਆ ਮੇਰੇ ਕੋਲ ਚਾਚੇ ਨੂੰ ਚਾਚੇ ਨੂੰ ਗਿਆਰਾਂ ਨੀ ਦਿੰਦਾ ਮੈਂ ਢੱਕੀ ਸਾਹਿਬ ਜਾਣਾ ਪ੍ਰੋਗਰਾਮ ਕੌਣ ਜਾਊਗਾ ਆਲਮਗੀਰ ਛੱਡ ਦੋ ਧਿਆਨ ਨਾ ਚੱਕਿਓ ਭਾਈ ਮਾਮੇ ਨੂੰ ਵੱਡੀ ਜੀ ਬਿਠਾਉਣ ਲੱਗੇ ਆ ਘੁੰਮ ਕੇ
ਪਿੱਛੇ ਨੂੰ ਕਰਕੇ ਬਿਠਾ ਦੋ, ਪਿੱਛੇ ਨੂੰ ਕਰਕੇ ਠੀਕ ਬੈਠਾ ਮਾਮਾ। ਹੈਂ ਬੈਲਟ ਲਾ ਦਈਏ, ਸੀਟ ਬੈਲਟ ਲਾਉਣੇ ਪੈਣੇ ਮਾਮਾ, ਪੁਲਿਸ ਵਾਲੇ ਚੱਕਣਗੇ ਰੇਂਜ ਤੈਨੂੰ। ਲਾਈਏ ਕਿ ਨਾ ਲਾਈਏ? ਲਾ ਦਈਏ ਨਾ, ਹਾਂ ਲਾਉਣੀ ਪੈਣੀ ਆ, ਇਹ ਸੇਫਟੀ ਆ ਮਾਮਾ। ਤੇ ਤਾਂ ਤੇਰੇ ਹੱਥ ਵੀ ਲੱਗਦੇ ਕਿਸੇ ਪਾਸੇ। ਲਾਈ ਮਾਮੇ ਨੂੰ ਬਿਠਾ ਤਾ ਬੈਲਟ ਬੁਲਟ, ਲਾਈ ਮਾਮੇ ਨੂੰ ਬਿਠਾ ਤਾ ਬੈਲਟ ਬੁਲਟ ਕੱਸ ਕੇ, ਐ ਫਿੱਟ ਹੋ ਕੇ ਦੇਦਾ ਬਾਹਰ ਦੀਦਾ ਮਾਮਾ, ਸਾਰਾ ਦੀਦਾ ਬਾਰੇ। ਤੇ ਸਿਰ ਢੱਕਣ ਨੂੰ ਕੀ ਲਿਆ ਨਾਲ? ਫਿਰ ਸਿਰ ਢੱਕਣ ਨੂੰ ਲਾਓ ਕੁਛ ਨਾ ਕੁਛ, ਹੈ ਨਾ। ਲਾਈ ਤੁਰ ਪਏ ਮਾਮਾ ਬਹਿਗਾ ਨਾਲ, ਪਿੱਛੇ ਬੰਦੇ ਬਹੁਤ ਹੋ ਗਏ, ਅੱਜ ਪੂਰੀ ਫੌਜ ਆ ਨਾਲ, ਜਵਾਨ ਸਾਰੇ ਲੈ ਲਏ, ਕੱਲਾ ਮਹਾਵੀਰ ਨੀ ਆਇਆ ਹੈਗਾ। ਉਹਨੂੰ ਘਰੇ ਰਹਿਣ ਦਾ ਹੁੰਦਾ, ਕਹਿੰਦਾ ਮੈਂ ਥੱਕ ਜਾਂਦਾ। ਲੋਈ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਪਿੰਡ ਆ ਗਿਆ ਜੀ, ਉਹ ਸਾਹਮਣੇ ਬੁੱਤ ਲੱਗਿਆ ਹੋਇਆ ਦੇਖੋ, ਕਿਉਂਕਿ ਸਰਾਭਾ ਯੋਧਾ ਹੋ ਕੇ ਅਸੀਂ ਆਲਮਗੀਰ ਜਾਵਾਂਗੇ। ਅੱਜ ਬੁੱਤ ਲੱਗਿਆ ਹੋਇਆ ਉੱਤੇ, ਦੇਖੋ ਗਰਾਊਂਡ ਆ ਗਿਆ ਪਿੰਡ ਦਾ। ਲਓ ਜੀ ਗੁਰਦੁਆਰਾ ਸਾਹਿਬ ਆ ਗਿਆ ਆਲਮਗੀਰ, ਇੱਥੇ ਗੱਡੀ ਪਾਰ ਕਰਕੇ ਦਰਸ਼ਨ ਕਰਕੇ ਆਉਣੇ ਆ, ਠੀਕ ਆ ਮਾਮਾ। ਸਿਰ ਢੱਕਣ ਲੱਗਿਆ ਕੌਣ ਮਾਮੇ ਦਾ, ਲਾ ਕਰ ਮਾਮੇ ਨੂੰ, ਇੱਥੇ ਇੱਥੇ ਥੱਲੇ ਬਿਠਾ ਲਿਓ, ਠੀਕ ਆ। ਫਿਰ ਮੈਂ ਗੱਡੀ ਲਾ ਕੇ ਆਉਣਾ, ਫਿਰ ਆਪਾਂ ਲੈ ਕੇ ਚੱਲਦੇ ਹਾਂ ਦਰਸ਼ਨਾਂ ਨੂੰ। ਚੱਕੋ ਚੱਕੋ, ਘੁਮਾ ਲਓ ਸ਼ਾਬਾਸ਼। ਚਲੋ ਰੇਡੀਓ ਨਹੀਂ ਗਏ, ਠੀਕ ਆ। ਵਧੀਆ ਦਰਸ਼ਨ ਵਧੀਆ ਹੋ ਗਏ, ਹੈਂ ਖੁਸ਼ ਹੋ ਗਿਆ ਮਾਮਾ, ਖੁਸ਼ ਹੋ ਗਿਆ ਪੂਰਾ।
ਦਰਸ਼ਨ ਹੋ ਗਏ ਬਹੁਤ ਵਧੀਆ ਪੈ ਗਿਆ ਗੱਡੀ ਚੋਣ ਆਇਆ ਠੀਕ ਹੈ ਵਧੀਆ ਹੋ ਗਏ ਮੱਥਾ ਟੇਕਾ ਦੋ ਵਾਰੀ ਹੈਨਾ ਤੇ ਕੜਾ ਕਿਹਦਾ ਲਿਆਂਦਾ ਮਹਾਂਵੀਰ ਦਾ ਬੇਟੀ ਕੋਲ ਗਏ ਹੋਏ ਨੇ ਉਹ ਆਉਣਗੇ ਤੇ ਅਸੀਂ ਚੱਲੇ ਮਾਮੇ ਨਾਲ ਲੈ ਕੇ ਹੁਣ ਭਾਜੀ ਖੀਰੇ ਲੈਣ ਰੁਕੇ ਸੀ ਰਾਹ 'ਚ ਖੀਰੇ ਖਾ ਲਈਏ ਮੈਂ ਤਾਂ ਲੈ ਕੇ ਵੱਧ ਤੋਂ ਵੱਧ ਬਾਹਲੀਆਂ ਬਰੀਕ ਹੀ ਰੱਖੀ ਸਕਦੇ ਹੈ ਭਾਜੀ ਵਾਪਸ ਆ ਗਏ ਸੀਗੇ ਘਰੇ ਚਾਹ ਪਾਣੀ ਪੀਦੇ ਬੱਚੇ ਤਿਆਰ ਹੋ ਰਿਹਾ ਗੁਰਦੁਆਰਾ ਸਾਹਿਬ ਜਾਣਾ ਇਹਨਾਂ ਨੇ ਕਿਉਂਕਿ ਤਬਲਾ ਕਲਾਸੇ ਜੁਆਇਨ ਕੀਤੀ ਹੋਈ ਇਹਨਾਂ ਨੇ ਦੋਨਾਂ ਨੇ ਵਾਈਟ ਡਰੈਸ ਪਾ ਕੇ ਜਾਣੀ ਇਹਨਾਂ ਨੇ ਕੀਰਤਨੀ ਦਸਤਾਰ ਸਜਾਉਣੀ ਹੈ ਉਸਨੂੰ ਗੁਰਦੁਆਰਾ ਸਾਹਿਬ ਜਾਵਾਂਗੇ ਅਸੀਂ ਕੰਮ ਕੁੰਮ ਸਾਰੇ ਸੈੱਟ ਕਰਤੇ ਕੱਪੜੇ ਜਿਹੜੇ ਬਲਜਿੰਦਰ ਨੇ ਸਾਂਭਤੇ ਸਾਰੇ ਚੱਲੀਏ ਤਿਆਰ ਹੋ ਪੈਰ ਧੋ ਲਓ ਪਹਿਲਾਂ ਹਾਂਜੀ ਗੁਰਦੁਆਰਾ ਸਾਹਿਬ ਚੱਲਿਆ ਜੀ ਹੁਣ ਮੌਸਮ ਖਰਾਬ ਹੋ ਗਿਆ ਲੱਗਦਾ ਵੀ ਕਿਸਾਨਾਂ ਨੂੰ ਫਸਲ ਸਿੱਟਣ ਨਹੀਂ ਦੇਣੀ ਸੁੱਕੀ ਸੌਂਦੀ ਇਹਨੇ ਵੀ ਸੱਪ ਨੇ ਅਤੇ ਬਾਕੀ ਬੱਚੇ ਹੋ ਗਏ ਤਿਆਰ ਗੱਡੀ ਕੱਢਦਾ ਮੈਂ ਗੱਡੀ ਜਾਵਾਂ ਕਿਉਂਕਿ ਜੇ ਮੀਂਹ ਆ ਗਿਆ ਫਿਰ ਔਖਾ ਹੋ ਜੂਗਾ ਅਤੇ ਕੂੰ ਲੇਟ ਹੋ ਗਏ ਬੱਚੇ ਥੋੜ੍ਹੇ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਆਂ ਕਿਸ ਸਾਹਿਬ ਕੀ ਦੇਖ।